ਅਸੀਂ ਉਰੇ ਬੈਠੇ ਆ ਸਵੇਰ ਦੇ ਅੱਧੇ ਲੋਕੀ ਤੁਰੇ ਫਿਰਦੇ ਆ ਗੱਡੀਆਂ ਚੱਕੇ ਕੋਈ ਕਹਿੰਦਾ ਮੇਰਾ ਵਿਆਹ ਹੈ ਕੋਈ ਕਹਿੰਦਾ ਮੇਰਾ ਟ੍ਰੀਟਮੈਂਟ ਆ ਕੋਈ ਆਈ ਕਾਰਡ ਦਿਖਾ ਕੇ ਜਾ ਰਿਹਾ ਪੰਜ ਪੰਜ ਬੰਦੇ ਉਹਦੇ ਲੱਗਦਾ ਨਹੀਂ ਸੀਗਾ ਕੋਈ ਮਰੀਜ਼ ਹੈ ਕੁਛ ਹੈ ਉਹ ਇੱਦਾਂ ਹੀ ਮਤਲਬ ਐਂਬੂਲੈਂਸ ਕੀਤੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਐਂਬੂਲੈਂਸਾਂ ਦਾ ਮਿਸਯੂਜ਼ ਹੋ ਰਿਹਾ ਇੱਥੇ ਧਰਨਿਆਂ 'ਚ ਕਿ ਆਪਣੀ ਮਨ ਮਰਜ਼ੀ ਨਾਲ ਕੋਈ ਵੀ ਚੀਜ਼ ਵੇਚ ਰਿਹਾ ਹੈ ਕੋਈ ਵੀ ਰੂਲ ਥੋਪ ਦਿੰਦਾ ਹੈ ਅਤੇ ਇੰਨਾ ਝੂਠਾ ਬੰਦਾ ਹੈ ਜੇ ਕਹਿ ਦਿੰਦਾ ਨਾ ਸਾਨੂੰ MSP ਰਿਟਰਨ ਵੀ ਲਿਖ ਦਿੰਦਾ ਤਾਂ ਵੀ ਸਾਨੂੰ ਇਹਦਾ ਭਰੋਸਾ ਨਹੀਂ ਸੀਗਾ ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ਼ੁਭਕਰਮਨ ਧਾਲੀਵਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕੌਲ ਦਿੱਤੀ ਗਈ ਹੈ ਜਿਹਦੇ ਸੱਦੇ 'ਤੇ ਸਾਰੇ ਪੰਜਾਬ ਜਾਂ ਸਾਰੇ ਭਾਰਤ ਦੇਸ਼ 'ਚ ਅੱਜ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈਗਾ ਸਾਰੇ ਨੈਸ਼ਨਲ ਹਾਈਵੇ ਰੇਲਾਂ ਰੋਕੀਆਂ ਹੋਈਆਂ ਨੇ ਬਜ਼ੁਰਗ ਤਾਂ ਬਜ਼ੁਰਗ ਨੌਜਵਾਨ ਵੀ ਇਸ ਧਰਨੇ 'ਚ ਸ਼ਾਮਿਲ ਨੇ ਪਰ ਜਿਹੜੇ ਇਸ ਧਰਨੇ ਸਭ ਤੋਂ ਛੋਟੇ ਜਵਾਕਾਂ ਦਾ ਸਹਿਯੋਗ ਵੀ ਦੇਖਣ ਨੂੰ ਮਿਲ ਰਿਹਾ ਹੈ ਆ ਜਾਓ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਨੇ ਇਸ ਅੰਦੋਲਨ ਬਾਰੇ ਕੀ ਕਹਿਣਾ ਹੈ ਸਭ ਤੋਂ ਵੈਸੇ ਥੋੜਾ ਕੀ ਨਾਮ ਹੈ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਾਂਜੀ ਤੁਸੀਂ ਇਹ ਧਰਨੇ ਵਿੱਚ ਕਦੋਂ ਤੋਂ ਜੁੜੇ ਹੋਏ ਹੋ ਅਸੀਂ ਹੋ ਗਏ ਸਾਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਕੀ ਤੁਸੀਂ ਦਿੱਲੀ ਵੀ ਗਏ ਹੋ ਨਾ ਜੀ ਦਿੱਲੀ ਨਹੀਂ ਗਏ ਨਾ ਜੀ ਤੁਸੀਂ ਉਰੇ ਦੇ ਲੋਕਲ ਰਹਿਣ ਵਾਲੇ ਹੋ ਹਾਂਜੀ ਹਾਂਜੀ ਛਤਬੀਰ ਤੇ ਅੱਜ ਸਵੇਰੇ ਕਿੰਨੇ ਵਜੇ ਆ ਗਏ ਸੀ ਅਸੀਂ ਆ ਗਏ ਦੇ 7:30 ਜੀ 7:30 ਵਜੇ ਹਾਂਜੀ ਤੇ ਜਿਹੜੀ ਟਰੈਕਟਰ ਟਰਾਲੀ ਕਦੋਂ ਤੋਂ ਲਾਈਆਂ ਹੋਈਆਂ ਨੇ ਇਹ ਆਪਣਾ 6 ਵਜੇ ਤੋਂ ਲਾ ਦਈ ਸੀਗੀ ਕੀ ਤੁਹਾਨੂੰ ਪਤਾ ਧਰਨਾ ਕਿਉਂ ਲੱਗ ਰਿਹਾ ਹੈ ਹਾਂਜੀ ਕਿਉਂ ਲੱਗ ਰਿਹਾ ਕਾਲੇ ਕਾਨੂੰਨਾਂ ਲਈ ਜੋ ਖੇਤੀ ਦੇ ਕਾਲੇ ਕਾਨੂੰਨ ਆ ਇਸ ਕਰਕੇ ਆਪਾਂ ਇੱਥੇ ਬੈਠੇ ਆ ਤਾਂ ਕਿ ਜਿਹੜੇ ਕਾਨੂੰਨ ਰੱਦ ਕੀਤੇ ਆ ਤੁਸੀਂ ਕੀ ਚਾਹੁੰਦੇ ਹੋ ਕੀ ਹੋਏ ਮੋਦੀ ਸਰਕਾਰ ਤੋਂ ਜਾਂ ਸੈਂਟਰ ਦੀ ਸਰਕਾਰ ਤੋਂ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਕਾਲੇ ਕਾਨੂੰਨ 3 ਕਾਨੂੰਨ ਰਹਿ ਗਏ ਸੀ ਆ ਵੀ ਰੱਦ ਕਰ ਲੈਂਦੇ ਤਾਂ ਕਰਕੇ ਅਸੀਂ ਇੱਥੇ ਬੈਠੇ ਆ ਨਹੀਂ ਆਪਾਂ ਕਿੱਥੇ ਬੈਠਣਾ ਸੀ ਜੀ ਤੇ ਤੁਸੀਂ ਕਿਹੜੀ ਕਲਾਸ 'ਚ ਹੋ 7th ਤੇ ਤੁਹਾਡੇ ਘਰ ਦੇ ਦਿੱਲੀ ਜਾ ਰਹੇ ਆ ਤੁਸੀਂ ਉਹਨਾਂ ਗਏ ਹੋ ਦਿੱਲੀ ਹਾਂਜੀ ਮੋਰਚੇ 'ਤੇ ਜਾ ਕੇ ਆਏ ਹੋ 2 ਵਾਰੀ ਆਇਆ ਜੀ ਮੈਂ ਵੀ ਆਪਣਾ ਹਾਂਜੀ ਜੋ ਅਸੀਂ ਉਰੇ ਬੈਠੇ ਆ ਇਹ ਸਾਰਾ ਮੋਦੀ ਨੇ ਜੋ ਕਾਲੇ ਕਾਨੂੰਨ ਲਾਏ ਇਹ ਰੱਦ ਹੋਣੇ ਚਾਹੀਦੇ ਆ ਨਹੀਂ ਤਾਂ ਅਸੀਂ ਜੋ ਫਾਰਮਰਸ ਹੈ ਉਹ ਉਹਨਾਂ ਦਾ ਬਹੁਤ ਲੋਸ ਹੋ ਜਾਏਗਾ ਜੋ ਉਹਨਾਂ ਦਾ ਫਾਰਮਿੰਗ ਹੁੰਦੀ ਹੈ ਤਾਂ ਇਸ ਲਈ ਉਹ ਹੋਣਾ ਚਾਹੀਦਾ ਮੋਦੀ ਨੂੰ ਕਰਨਾ ਚਾਹੀਦਾ ਹੈ ਤੁਸੀਂ ਚਾਹੁੰਦੇ ਵੀ ਕਾਲੇ ਕਾਨੂੰਨ ਹੈ ਜਿਹੜੇ ਕਿਸਾਨੀ ਜਿਹਨਾਂ ਨੇ ਨਵੇਂ ਲਾਅ ਕੱਢੇ ਆ ਉਹ ਵਾਪਸ ਹੋਣ ਹਾਂਜੀ ਉਸ ਤੋਂ ਇਲਾਵਾ ਨਹੀਂ ਸਰ ਮੈਂ ਕੁਛ ਨਹੀਂ ਹੋਰ ਨਹੀਂ ਜੀ ਇਹ ਤਾਂ ਅਸੀਂ ਹਟਣੇ ਵਾਲੇ ਹੈ ਨਹੀਂ ਜੀ ਤੁਹਾਨੂੰ ਕੀ ਲੱਗਦਾ ਲੜਾਈ ਕਦੋਂ ਤੱਕ ਚੱਲੂਗੀ ਆ ਜਾਂ ਅੰਦੋਲਨ ਕਦੋਂ ਤੱਕ ਚੱਲੂਗਾ ਇਹ ਤਾਂ ਹੁਣ ਮੋਦੀ ਤੇ ਡਿਪੈਂਡ ਹੈ ਕਿ ਕਦੋਂ ਉਹ ਕਰੇਗਾ ਹਾਂਜੀ ਇਹ ਸੀਗੇ ਛੋਟੇ ਛੋਟੇ ਬੱਚੇ ਜਿਹੜੇ ਕਿਸਾਨ ਜਿਹੜੇ ਇਹ ਸੀਗੇ ਛੋਟੇ ਛੋਟੇ ਬੱਚੇ ਜਿਹੜੇ ਕਿ ਅੰਦੋਲਨ ਬਾਰੇ ਗੱਲ ਕਰ ਰਹੇ ਨੇ ਤੇ ਉਹ ਉਹਨਾਂ ਉਤਸ਼ਾਹ ਤੇ ਜੋਸ਼ ਦੇਖ ਕੇ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਉਹ ਕਿੰਨੇ ਉਤਸ਼ਾਹਿਤ ਨੇ ਤੇ ਪੂਰੇ ਜੋਸ਼ ਨਾਲ ਇਹ ਅੰਦੋਲਨ ਦਾ ਸਾਥ ਦੇ ਰਹੇ ਨੇ ਬੱਚਿਆਂ ਤੋਂ ਬਾਅਦ ਹੁਣ ਮੋਰਚੇ ਤੇ ਆਏ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੱਜਣ ਸਿੰਘ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਛੱਤ ਪਿੰਡ ਕੇ ਜੀ ਤੁਸੀਂ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਹੁਣ ਕਿਵੇਂ ਦੇਖਦੇ ਹੋ ਅੰਦੋਲਨ ਦਾ ਚੱਲੇ ਰਿਹਾ ਹੈ ਮੋਦੀ ਮੰਨੇ ਨਹੀਂ ਰਿਹਾ ਹੈਗਾ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਹੈ ਉਹ ਕੀ ਤੁਹਾਨੂੰ ਲੱਗਦਾ ਉਹਨਾਂ ਵੱਲੋਂ ਸਹੀ ਸਟੈਪ ਲਏ ਜਾ ਰਹੇ ਨੇ ਸਟੈਪ ਲਏ ਜਾ ਰਹੇ ਸਹੀ ਲੈ ਰਹੇ ਜੀ ਸਾਰੇ ਹਾਂਜੀ 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 ਹੈਗੀ ਹੈ ਜੀ ਕੀ ਕੁਛ ਤੁਸੀਂ ਚਾਹੁੰਦੇ ਹੋ ਵੀ ਉਹ ਚੇਂਜ ਕਰਨ ਅੰਦੋਲਨ ਤਿੱਖਾ ਕਿਵੇਂ ਕੀਤਾ ਤੇਜ਼ ਕਿਵੇਂ ਕੀਤਾ ਜਾਵੇ ਤਿੱਖਾ ਤਾਂ ਹੋਏ ਰਿਹਾ ਜੀ ਰੋਜ਼ ਵਧੇ ਰਿਹਾ ਜੀ ਹੋਰ ਘੱਟ ਤੋਂ ਰਿਹਾ ਨਹੀਂ ਹੈਗਾ ਇਹ ਕੋਈ ਵੀ ਹਾਂ ਇਤਨਾ ਰੱਦ ਨਹੀਂ ਹੁੰਦਾ ਇਤਨਾ ਅਸੀਂ ਹਟਣਾ ਨਹੀਂ ਹੈਗਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਤੁਸੀਂ ਡਟੇ ਰਹੋਗੇ ਹੈਗਾ ਅਸੀਂ ਡਟੇ ਰਵਾਂਗੇ ਇੱਥੇ ਹੋ ਹਾਂਜੀ ਹਾਂਜੀ ਛੱਤ ਪਿੰਡ ਦੇ ਜੀ ਹਾਂਜੀ ਹਾਂਜੀ ਅੱਛਾ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੇਰਾ ਅੱਡਾ ਚੁੰਗੇ ਪਿੰਡ ਹੈ ਜੀ ਹਾਂਜੀ ਹਾਂਜੀ ਤੁਸੀਂ ਅੱਜ ਸਾਰੇ ਤੜਕੇ ਕਿੰਨੇ ਵਜੇ ਆ ਗਏ ਸੀਗੇ ਅਸੀਂ ਜੀ 6 ਵਜੇ ਦੇ ਕਰੀਬ ਆ ਗਏ ਸੀਗੇ ਜੀ ਹਾਂਜੀ ਜਿਹੜੀ ਇਹ ਸਾਰੀਆਂ ਟਰਾਲੀਆਂ ਖੜੀਆਂ ਟਰੱਕ ਖੜੇ ਟਰੈਕਟਰ ਖੜੇ ਇਹਦੀ ਜਦੋਂ ਤਿਆਰੀ ਕਦੋਂ ਰਾਤ ਹੀ ਕਰ ਲਈ ਸੀ ਕਿ ਤੜਕੇ ਆ ਕੀ ਕੀਤੀ ਸਾਡਾ ਇੱਦਾਂ ਹੈ ਜੀ ਅਸੀਂ ਰੋਜ਼ ਇੱਥੇ 2 ਘੰਟੇ ਦਾ ਧਰਨਾ ਦੇ ਰਹੇ ਹਾਂ ਜੀ ਸਿਲਾਈ ਚੌਂਕ ਤੇ ਸਾਡਾ ਜਦੋਂ ਸਾਰਿਆਂ ਦਾ ਕੰਟਰੀਬਿਊਟ ਹੈ ਇਸ ਧਰਨੇ 'ਚ ਮਤਲਬ ਨਾਲ ਨਾਲ ਦੇ ਪਿੰਡ 4-5 ਪਿੰਡ ਹਨ ਜਿਹੜੇ ਉਹ ਪਿੰਡਾਂ 'ਚ ਸਾਡਾ ਇੱਦਾਂ ਰਹਿੰਦਾ ਹੈ ਕਿ ਜਦੋਂ ਅਸੀਂ ਕੁਝ ਵੀ ਡਿਸੀਜਨ ਲੈਣਾ ਤਾਂ 1 ਦਿਨ ਪਹਿਲਾਂ ਅਸੀਂ ਇੱਕ ਦੂਜੇ ਨੂੰ ਮਤਲਬ ਕਿ ਗਾਈਡ ਕਰ ਦਿੰਦੇ ਹਾਂ ਕਿ ਇੱਥੇ ਇੱਦਾਂ ਟਰੈਕਟਰ ਲੈ ਕੇ ਆਉਣਾ ਹੈ ਕਿੱਦਾਂ ਜਾਣਾ ਹੈ ਕਿਹੜੇ ਕਿਹੜੇ ਪਿੰਡ ਨਾਲ ਕਿੱਦਾਂ ਅਸੀਂ ਧਰਨੇ ਜਾਣਾ ਹੈ ਦਿੱਲੀ ਜਾਣਾ ਸ਼ੰਭੂ ਬਾਰਡਰ ਜਾਣਾ ਤਾਂ ਇਸ ਹਿਸਾਬ ਨਾਲ ਅਸੀਂ ਨਾਲ ਦੇ ਪਿੰਡ ਇੱਕ ਦੂਜੇ ਨੂੰ ਮੈਸੇਜ ਦੇ ਕੇ ਜਦੋਂ ਕਿਸੇ ਨੇ 2 ਜਣੇ ਆ ਕਿਸੇ ਪਿੰਡ ਤੋਂ ਕਿਸੇ 10 ਜਣੇ ਆ ਤਾਂ ਇੱਦਾਂ ਕਰਕੇ ਅਸੀਂ ਟਰਾਲੀਆਂ 'ਚ ਸਾਰਿਆਂ ਨੂੰ ਪੈਕ ਕਰਕੇ ਅਸੀਂ ਲੈ ਜਾਂਦੇ ਹਾਂ ਤੁਹਾਨੂੰ ਵੀ ਪੁੱਛਦਾ ਵੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਜਿਹੜੇ ਸਟੈਪ ਲਏ ਆ ਕੀ ਤੁਸੀਂ ਉਹਨਾਂ ਨਾਲ ਸਾਰਿਆਂ ਨਾਲ ਸਹਿਮਤ ਹੋ ਦੇਖੋ ਜੀ ਸਟੈਪ ਤਾਂ ਇੱਦਾਂ ਹੈ ਜੀ ਜਦੋਂ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਹੈ ਚਾਹੇ ਜਵਾਨ ਹੈ ਇਹਨਾਂ ਦੇ ਬਿਨਾਂ ਤੋਂ ਧਰਨਾ ਸਫਲ ਨਹੀਂ ਹੈ ਜੀ ਅਗਰ ਆਪਾਂ ਸੋਚਦੇ ਹਾਂ ਕਿ ਅਸੀਂ ਸਾਡੀ ਅਸੀਂ ਓਲਡ ਹੈ ਅਸੀਂ ਧਰਨਾ ਇਹ ਡਿਸੀਜਨ ਲੈ ਸਕਦੇ ਹਾਂ ਇੱਦਾਂ ਦਾ ਕੁਛ ਨਹੀਂ ਹੈ ਕਿਉਂਕਿ ਇੱਕ ਪੜ੍ਹਿਆ ਲਿਖਿਆ ਜਾਂ ਇੱਕ ਯੰਗ ਬੰਦਾ ਆਪਣੇ ਹਿਸਾਬ ਤੋਂ ਡਿਸੀਜਨ ਲੈਂਦਾ ਹੈ
ਮਤਲਬ ਕਿ ਇੱਦਾਂ ਇਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਇੱਕ ਬੈਠ ਕੇ, ਤਾਂ ਉਸ ਹਿਸਾਬ ਨਾਲ ਇਹਨਾਂ ਨੂੰ ਹਰੇਕ ਦੀ ਗੱਲ ਸੁਣਨੀ ਚਾਹੀਦੀ ਹੈ, ਡਿਸੀਜਨ ਲੈਣੀ ਚਾਹੀਦੀ ਹੈ, ਕਿਉਂਕਿ ਹਰੇਕ ਬੱਚੇ ਨੂੰ ਅਤੇ ਬਜ਼ੁਰਗ ਨੂੰ ਅਤੇ ਆਪਣਾ ਯੰਗ ਬੰਦੇ ਨੂੰ ਨੌਲੇਜ ਹੈ ਇਸ ਚੀਜ਼ ਬਾਰੇ ਕਿ ਕਿੱਦਾਂ ਕੀ ਡਿਸੀਜਨ ਲੈਣੀ ਹੈ, ਤਾਂ ਇਸ ਕਰਕੇ ਮੀਟਿੰਗਾਂ ਕਰ ਸਕਦੇ ਹਾਂ। ਬਾਕੀ ਇੱਦਾਂ ਹੈ ਜੀ, ਮੈਂ ਅਪੀਲ ਕਰਨੀ ਚਾਹੁੰਦਾ ਲੋਕਾਂ ਨੂੰ ਤੁਹਾਡੇ ਚੈਨਲ ਜ਼ਰੀਏ ਕਿ ਜਿਹੜੇ ਵੀ ਸ਼ਹਿਰ 'ਚ ਵੱਸਦੇ ਆ ਜਾਂ ਸਾਡੇ ਨੇੜੇ ਤੇੜੇ ਜ਼ੀਰਕਪੁਰ ਹੈ, ਚੰਡੀਗੜ੍ਹ ਹੈ ਜਾਂ ਪੰਚਕੂਲਾ ਹੈ, ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ, ਅਗਰ ਤੁਸੀਂ ਕਿਸੇ ਵੀ ਕਿਸੇ ਮੈਡੀਕਲ ਡਾਕਟਰ ਤੋਂ ਜਾਂ ਕੁਛ ਹੈ, ਤੁਹਾਨੂੰ ਅਸੀਂ ਇੱਕ ਮਹੀਨਾ ਪਹਿਲਾਂ ਅਸੀਂ ਗਾਈਡ ਕਰ ਦਿੰਦੇ ਹਾਂ ਕਿ ਅਵੇਅਰ ਕਰ ਦਿੰਦੇ ਹਾਂ ਕਿ ਅਸੀਂ ਧਰਨਾ ਲਾਉਣਾ ਹੈ, ਕਿਹੜੀ ਲਾਈਟ 'ਤੇ ਕਿੱਥੇ ਤੁਹਾਨੂੰ ਟ੍ਰੈਫਿਕ ਇੱਦਾਂ ਕਿੱਦਾਂ ਧਰਨਾ ਲਾਇਆ ਹੋਇਆ, ਅਤੇ ਉਸ ਹਿਸਾਬ ਨਾਲ ਆਪਾਂ ਸ਼ਡਿਊਲ ਕਰ ਸਕਦੇ ਹਾਂ। ਹੁਣ ਅਸੀਂ ਸਵੇਰ ਦੇ ਇੱਥੇ 6 ਵਜੇ ਦਾ ਇਹ ਦੇਖ ਰਹੇ ਹਾਂ ਕਿ ਇੱਥੇ ਲੋਕ ਆਈ ਕਾਰਡ ਦੇ ਦਿਖਾ ਦਿੰਦੇ ਹੈ। ਅੱਛਾ ਜੀ, ਐਂਬੂਲੈਂਸ 'ਚ ਵੀ ਮੈਂ ਅੱਜ ਨੋਟਿਸ ਕੀਤਾ ਕਿ 5-5 ਬੰਦੇ, ਉਹਦੇ 'ਚ ਲੱਗਦਾ ਨਹੀਂ ਸੀਗਾ ਕੋਈ ਮਰੀਜ਼ ਹੈ ਕੁਛ ਹੈ, ਉਹ ਇੱਦਾਂ ਹੀ ਮਤਲਬ ਐਂਬੂਲੈਂਸ ਕੀਤੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਐਂਬੂਲੈਂਸਾਂ ਦਾ ਮਿਸਯੂਜ਼ ਹੋ ਰਿਹਾ ਇੱਥੇ ਧਰਨੇ 'ਚ, ਕਿਉਂਕਿ ਪਿਛਲੀ ਵਾਰ ਵੀ ਜਿਹੜਾ ਧਰਨਾ ਹੋਇਆ ਸੀਗਾ, ਜਾਮ ਹੋਇਆ ਸੀਗਾ, ਲੋਕਡਾਊਨ ਹੋਇਆ ਸੀਗਾ, ਉਹਦੇ ਵਿੱਚ ਵੀ ਸਾਨੂੰ ਇੱਦਾਂ ਦੇਖਣ ਨੂੰ ਮਿਲਿਆ ਸੀਗਾ ਕਿ ਐਂਬੂਲੈਂਸ ਦਾ ਵੀ ਮਿਸਯੂਜ਼ ਹੋ ਰਿਹਾ ਇੱਥੇ। ਤਾਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਤਾਂ ਆਪਣਾ ਜਦੋਂ ਧਰਨਾ ਹੈ ਉਹਦੇ ਵਿੱਚ ਸ਼ਡਿਊਲ ਆਪਣਾ ਚੇਂਜ ਕਰੋ, ਇੱਦਾਂ ਨਹੀਂ ਹੈ ਕਿ ਜਿਹੜੀ ਤਰੀਕ ਤੁਹਾਨੂੰ ਦੇਤੀ ਉਸੇ ਦਿਨ ਤੁਸੀਂ ਆਪਣਾ ਮੈਡੀਕਲ ਟ੍ਰੀਟਮੈਂਟ ਕਰਾਉਣਾ ਹੈ ਜਾਂ ਕੁਛ, ਕਿਸੇ ਕਿਸੇ ਨੇ ਕਈਆਂ ਨੇ ਜਾਨਵਰ ਰੱਖੇ ਹੋਏ ਆ, ਕਿਸੇ ਨੇ ਕੋਈ ਕਿਸੇ ਨੇ ਕੁੱਤਾ ਬਿੱਲੀ ਕੋਈ ਡੋਗੀ ਕਿਸੇ ਦਾ ਵੀ ਟ੍ਰੀਟਮੈਂਟ ਕਰਾਉਣਾ ਹੈ, ਬਿਮਾਰ ਹੈ ਘਰੇ ਬਜ਼ੁਰਗ ਕੋਈ, ਉਹਨੂੰ ਉਸੇ ਦਿਨ ਦੀ ਉਹ ਡੇਟ ਲੈ ਲੈਂਦੇ ਆ ਜੀ। ਫਿਰ ਬਾਅਦ 'ਚ ਹੈਰਾਨ ਹੋਣਾ ਪੈਂਦਾ ਹੈ ਕਿਉਂਕਿ ਅਸੀਂ ਮਜਬੂਰ ਹਾਂ ਜੀ, ਅਸੀਂ ਇੱਕ ਤਾਂ ਇੱਕ ਜਗ੍ਹਾ ਤਾਂ ਧਰਨਾ ਹੈ ਨਹੀਂ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹਾਂ 1 ਕਿਲੋਮੀਟਰ ਬਾਅਦ ਧਰਨਾ ਹੈ, 2 ਕਿਲੋਮੀਟਰ ਬਾਅਦ, ਫਿਰ ਉਹ ਕਹਿੰਦੇ ਨਹੀਂ ਅਸੀਂ ਮਿੰਨਤਾਂ ਕਰ ਲਾਂਗੇ, ਕੁਛ ਕਰ ਲਾਂਗੇ, ਇਹਦੇ ਨਾਲ ਕੁਛ ਨਹੀਂ ਆ ਜੀ, ਕਿਉਂਕਿ ਆਪਾਂ ਨੂੰ ਇਹ ਸੋਚਣਾ ਪੈਣਾ ਕਿ ਸਾਡਾ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ ਹੈ, ਕਿਸਾਨਾਂ ਦੀ ਰਿਸਪੋਂਸੀਬਿਲਟੀ ਨਹੀਂ ਹੈ ਕਿ ਅਸੀਂ ਧਰਨੇ ਲਾਈਏ ਕਦੋਂ ਰੱਦ ਕਰੀਏ। ਸ਼ਹਿਰੀ ਦਬਕਾ ਹੋ ਗਿਆ, ਠੀਕ ਹੈ, ਸਟੂਡੈਂਟ ਨੂੰ ਵੀ ਦੇਖਣਾ ਚਾਹੀਦਾ ਸਾਰਾ ਕੁਛ, ਅਤੇ ਜਿਨ੍ਹਾਂ ਦੀ ਇੰਟਰਵਿਊ ਹੈ ਜਾਂ ਕੋਈ ਇੱਦਾਂ ਨਾਈਟ ਸ਼ਿਫਟ ਹੈ, ਉਹ ਵੀ ਬੰਦੇ ਬਹੁਤ ਇੱਥੇ ਪਰੇਸ਼ਾਨ ਹੋ ਰਹੇ ਹਨ, ਤਾਂ ਉਹਨਾਂ ਰਿਕੁਐਸਟ ਹੈ ਕਿ ਆਪਣਾ ਕੁਛ ਵੀ ਨੈਕਸਟ ਟਾਈਮ ਡਿਸੀਜਨ ਲੈਣਾ। ਅਤੇ ਜਿਹੜੇ ਬਿਜ਼ਨਸਮੈਨ ਓਨਰ ਹੈ ਸਪੈਸ਼ਲੀ ਜਿਹੜੇ ਚੰਡੀਗੜ੍ਹ ਦੇ ਇੱਥੇ ਜਿਨ੍ਹਾਂ ਦੀ ਫੈਕਟਰੀਆਂ ਜਾਂ ਕੋਈ ਕੋਈ ਆਪਣਾ ਮਾਲਿਕ ਹੈ ਕਿਸੇ ਸ਼ੋਰੂਮ ਦਾ ਕੁਛ, ਜੋ ਉਹਨਾਂ ਨੇ ਜੋਬ ਲਾਈ ਹੋਈ ਹੈ ਨਾ ਆਪਣੇ ਵਰਕਰਾਂ ਦੀ, ਉਹ ਧਿਆਨ ਨਾਲ ਦੇਖ ਕੇ ਲਾਉਣੇ ਨਾ, ਨਾਈਟ ਸ਼ਿਫਟ ਲਾਈ ਹੋਈ ਸਪੈਸ਼ਲ, ਜਦੋਂ ਨਾਈਟ ਸ਼ਿਫਟ ਖਤਮ ਹੋਈ ਹੈ ਸਵੇਰੇ ਇੱਥੇ ਆ ਕੇ ਹੱਲਾ ਕਰਤਾ ਨਾ ਅਸੀਂ ਨਾਈਟ ਸ਼ਿਫਟ ਲਾ ਕੇ ਆਏ ਜੀ, ਨਾਈਟ ਸ਼ਿਫਟ ਲਾਏ, ਇੱਦਾਂ ਨਹੀਂ ਹੈ ਪ੍ਰੋਪਰ। ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇੱਦਾਂ ਕਿ ਅਸੀਂ ਵੀ ਹੈਲਪਫੁੱਲ ਹੈਲਪਲੈਸ ਉਹਨਾਂ ਦੀ, ਆਪਾਂ ਹੈਲਪ ਵੀ ਨਹੀਂ ਕਰ ਸਕਦੇ ਉਹਨਾਂ ਦੀ, ਇੱਕ ਧਰਨਾ ਨਹੀਂ ਕੋਈ 4 ਧਰਨੇ, ਕਿਤੇ 5 ਧਰਨੇ, ਕਿਤੇ 6 ਧਰਨੇ, ਤਾਂ ਇੱਦਾਂ ਅਸੀਂ ਉਹਨਾਂ ਦੀ ਕੋਈ ਹੈਲਪ ਵੀ ਨਹੀਂ ਕਰ ਸਕਦੇ। ਸੋ ਇਹ ਰਿਕੁਐਸਟ ਆ ਲੋਕਾਂ ਨੂੰ ਕਿ ਤੁਹਾਨੂੰ ਲੱਗਦਾ ਇਹ ਸਾਰੀ ਜਿਵੇਂ ਭਾਰਤ ਬੰਦ ਹੋਇਆ ਜੀ, ਤੁਸੀਂ ਆਪ ਦੱਸਿਆ ਵੀ ਲੋਕਾਂ ਨੂੰ ਸਮੱਸਿਆਵਾਂ ਦਿੱਕਤਾਂ ਵਾਂ ਫੀਲ ਕਰਨੀਆਂ ਪੈ ਰਹੀਆਂ, ਕੀ ਤੁਹਾਡੇ ਜਿਹੜੀ ਲੋਕਾਂ ਦੇ ਪ੍ਰਤੀ ਤੁਹਾਡੇ ਕਿਸਾਨਾਂ ਨਾਲ ਸਿੰਪਤੀ ਉਹ ਕਿਤੇ ਨਾ ਕਿਤੇ ਘੱਟਦੀ ਵੀ ਹੈ? ਨਹੀਂ ਨਹੀਂ ਇੱਦਾਂ ਨਹੀਂ ਹੈ ਜੀ, ਅਸੀਂ ਉਹ ਖੁਦ ਹੱਥ ਜੋ, ਅਸੀਂ ਤਾਂ ਖੁਦ ਉਹਨਾਂ ਦੇ ਸਾਹਮਣੇ ਹੱਥ ਜੋੜਦੇ ਹਾਂ ਕਿ ਦੇਖੋ ਜੀ ਅਸੀਂ ਮਜਬੂਰ ਹਾਂ, ਕਿਉਂਕਿ ਮੋਦੀ ਸਾਨੂੰ ਪਤਾ ਹੀ ਹੈ ਇਹ ਮੰਨ ਨਹੀਂ ਰਿਹਾ, ਝੂਠੀਆਂ ਡਿਗਰੀਆਂ ਦਿਖਾਉਂਦਾ ਇਹ, ਅਤੇ ਇੰਨਾ ਝੂਠਾ ਬੰਦਾ ਹੈ, ਜੇ ਕਹਿੰਦਾ ਨਾ ਸਾਨੂੰ MSP ਰਿਟਰਨ ਵੀ ਲਿਖ ਦਿੰਦਾ ਤਾਂ ਵੀ ਸਾਨੂੰ ਇਹਦਾ ਭਰੋਸਾ ਨਹੀਂ ਸੀਗਾ, ਜੇ ਸਾਨੂੰ ਲਿਖ ਕੇ ਦਿੰਦਾ ਨਾ ਕਿ ਹਾਂ MSP ਤੁਹਾਨੂੰ ਦੇਵਾਂਗੇ, ਮੁੱਲ ਪ੍ਰੋਪਰ ਤੁਹਾਨੂੰ ਦੇਵਾਂਗੇ ਜੋ ਗੌਰਮੈਂਟ ਦਾ, ਇਹ ਤਾਂ ਸਾਨੂੰ ਇਹਦੇ ਉਹ ਵੀ ਭਰੋਸਾ ਨਹੀਂ ਹੈ, ਤਾਂ ਕਰਕੇ ਸਾਡੀ ਜਿਹੜੀ ਹੋਰ ਕੁਛ ਨਹੀਂ ਹੈਗੀ, ਸਾਨੂੰ ਇਹਨੇ MSP ਨੇ ਦੇ ਵੀ ਦਿੱਤਾ ਨਾ, ਇਹ ਇੰਨਾ ਝੂਠਾ ਬੰਦਾ ਹੈ, ਕੱਲ੍ਹ ਨੂੰ ਆਪਣਾ ਨਵਾਂ ਕਾਨੂੰਨ ਲੈ ਕੇ ਆ ਜੂਗਾ। ਤੁਹਾਨੂੰ ਪਤਾ ਹੈ ਕਿ ਅੱਜ 75 ਸਾਲਾਂ 76 ਸਾਲਾਂ 'ਚ ਪਹਿਲੀ ਵਾਰ ਹੋਇਆ ਇੱਦਾਂ ਕਿ ਆਪਣੀ ਮਨ ਮਰਜ਼ੀ ਨਾਲ ਕੋਈ ਵੀ ਚੀਜ਼ ਵੇਚ ਰਿਹਾ ਹੈ, ਕੋਈ ਵੀ ਰੂਲ ਥੋਪ ਦਿੰਦਾ ਹੈ, ਠੀਕ ਹੈ, ਆਰਮੀ ਵਾਲੇ ਵੀ ਇਹਨਾਂ ਦੀ ਕੀ ਮੰਨੂਗੇ, ਜਦਕਿ ਆਰਮੀ ਦੇ ਉੱਪਰ ਇੱਦਾਂ ਚਲਾਨ ਸਕਦੇ, ਇਹਨਾਂ ਨੇ ਉਹ ਆਰਮੀ ਦੇ ਉੱਪਰ ਵੀ ਦਬਾਅ ਪਾਇਆ ਹੋਇਆ, ਇੰਨਾ ਬੁਰਾ ਹਾਲ ਕੀਤਾ ਇਹਨਾਂ ਨੇ ਪੰਜਾਬ। ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਤੁਸੀਂ 4-5 ਪਿੰਡ ਇਕੱਠੇ ਹੋ ਕੇ ਇੱਕ ਤੁਸੀਂ ਸੰਸਥਾ ਹੀ ਬਣਾਈ ਹੋਈ ਹੈ ਜਿਹਨਾਂ ਤੁਸੀਂ ਰੋਜ਼ ਡਿਸਕਸ ਕਰਦੇ ਹੋ, ਉਹ ਜਿਹੜਾ ਤੁਸੀਂ ਜਦੋਂ ਬੈਠਦੇ ਹੋ ਸਾਰੇ ਉਹ 'ਚ ਕੀ ਚਰਚਾਵਾਂ ਹੁੰਦੀਆਂ, ਥੋੜ੍ਹਾ ਸਾਰਾ ਸਾਡੇ ਨਾਲ ਸਾਂਝਾ ਕਰੋ। ਚਰਚਾ ਇੱਦਾਂ ਹੁੰਦੀ ਹੈ ਜੀ, ਦੇਖੋ ਕਿ ਇੱਕ ਤਾਂ ਆਪਾਂ ਨੇ ਸ਼ੋਰ ਸ਼ਰਾਬਾ ਨਹੀਂ ਪਾਉਣਾ, ਵਾਇਲੈਂਸ ਨਹੀਂ ਕਰਨਾ, ਕੋਈ ਵੀ ਕੋਈ ਮਜਬੂਰ ਬੰਦਾ ਹੈ, ਕੋਈ ਗਰੀਬ ਬੰਦਾ ਹੈ, ਅਗਰ ਥੋੜ੍ਹੀ ਬਹੁਤ ਰਿਕੁਐਸਟ ਕਰ ਰਿਹਾ ਹੈ, ਠੀਕ ਹੈ, ਉਹਨਾਂ 'ਤੇ ਮੰਨਣਾ ਚਾਹੀਦਾ। ਬਾਕੀ ਇੱਦਾਂ ਹੁੰਦੀ ਹੈ ਜੀ, ਸਾਡੀ ਚਰਚਾ ਮੇਨ ਇੱਦਾਂ ਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਨਾਲ ਦੇ ਪਿੰਡ ਦੇ ਹੈ ਉਹਨਾਂ ਨੂੰ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰੋ ਨੇੜੇ ਤੇੜੇ ਦੇ ਪਿੰਡ, ਕਿ ਹਾਂ ਵੀ ਘਰ ਦੇ ਵਿੱਚੋਂ ਇੱਕ ਬੰਦਾ ਜ਼ਰੂਰ ਮਤਲਬ ਧਰਨੇ 'ਚ ਸ਼ਮੂਲੀਅਤ ਕਰੇ, ਹਫ਼ਤੇ 'ਚ ਜਾਂ 1-2 ਵਾਰ ਸਾਨੂੰ ਗੇੜਾ ਰੱਖਣਾ ਚਾਹੀਦਾ ਹੈ। ਮੇਨ ਮੁੱਦਾ ਤਾਂ ਇਹ ਹੈ ਕਿ ਜਿੰਨਾ ਘੱਟ ਹੋ ਸਕੇ ਅਸੀਂ ਕਰਾਂਗੇ ਦਿੱਲੀ 'ਚ, ਅਤੇ ਹਲੇ ਵੀ ਸਾਡੀਆਂ ਨਾਲ ਜਿਹੜੇ ਪਿੰਡ ਦੀਆਂ 5-7 ਟਰਾਲੀਆਂ 10 ਟਰਾਲੀਆਂ ਜਾਂਦੀਆਂ ਰਹਿੰਦੀਆਂ, ਉੱਥੇ ਵੀ ਗਈਆਂ ਹੋਈਆਂ ਜਿਹੜੀ ਪੱਕੀ ਖੜੀਆਂ ਉੱਥੇ, ਅਤੇ ਹਫ਼ਤੇ ਬਾਅਦ ਇੱਕ ਹਫ਼ਤਾ ਬੰਦਾ ਜਿੱਦਾਂ ਘਰ 'ਚੋਂ ਹਫ਼ਤਾ ਰਹਿੰਦਾ, ਫਿਰ ਦੂਜਾ ਬੰਦਾ ਚਲੇ ਜਾਂਦਾ, ਦੂਜਾ ਆਉਂਦਾ, ਇੱਦਾਂ ਪਿੰਡ 'ਚੋਂ ਮਤਲਬ ਕਿ ਇੱਦਾਂ ਸਟੈਪ ਬਾਈ ਸਟੈਪ ਇੱਦਾਂ ਆਪਾਂ ਡਿਸੀਜਨ ਲੈਂਦੇ ਜਾ ਰਹੇ ਹਾਂ। ਤੁਹਾਨੂੰ ਲੱਗਦਾ ਜਿਹੜਾ ਕਿਸਾਨ ਅੰਦੋਲਨ ਹੈ ਜਿਹੜੀ ਉਹਦੀ ਲੀਡਰਸ਼ਿਪ ਹੈ ਉਹ ਸਹੀ ਦਿਸ਼ਾ ਜਾ ਰਿਹਾ, ਅੰਦੋਲਨ ਸਹੀ ਦਿਸ਼ਾ ਜਾ? ਦੇਖੋ ਜੀ, ਲੀਡਰ
ਕੋਈ ਮੰਤਰੀ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਆਪਣੇ ਆਪ ਡਿਸੀਜਨ ਦਿੰਦੇ ਆ ਇਕਜੁੱਟ ਹੋ ਕੇ ਦੇਸ਼ ਚੱਲਣਾ ਉੱਦਾਂ ਹੀ ਜਿੱਦਾਂ ਕੰਪਨੀ ਚੱਲਦੀ ਹੈ ਉੱਦਾਂ ਹੀ ਇੱਕ ਘਰ ਚੱਲਦਾ ਉੱਦਾਂ ਇੱਕ ਵਿਲੇ ਚੱਲਦਾ ਉੱਦਾਂ ਇੱਕ ਸਟੇਟ ਚੱਲਦੀ ਹੈ ਜਿਵੇਂ ਕਿ ਤੁਸੀਂ ਦੇਖਿਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੇ ਪੰਜਾਬ 'ਚ ਹਰਿਆਣੇ 'ਚ ਭਾਰਤ ਬੰਦ ਜਾਂ ਕਿ ਪੂਰੇ ਦੇਸ਼ 'ਚ ਭਾਰਤ ਬੰਦ ਹੋਇਆ ਹੈ ਅਤੇ ਸਾਰੇ ਬੱਚੇ ਬਜ਼ੁਰਗ ਨੌਜਵਾਨ ਹਰੇਕ 'ਚ ਪੂਰਾ ਜੋਸ਼ ਅਤੇ ਉਤਸ਼ਾਹ ਭਰਿਆ ਹੋਇਆ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੇਂਦਰ ਸਰਕਾਰ ਅਤੇ ਕਿਸਾਨੀ ਲੀਡਰਸ਼ਿਪ ਵਿੱਚ ਕੀ ਫੈਸਲਾ ਕੀ ਸਮਝੌਤਾ ਹੁੰਦਾ ਹੈ ਪਰ ਹਾਲ ਦੀ ਘੜੀ ਲੋਕਾਂ ਦੀ ਗੱਲਬਾਤ ਸੁਣ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਅੰਦੋਲਨ ਕਿਤੇ ਛੇਤੀ ਕਿਤੇ ਬੰਦ ਨਹੀਂ ਹੋਣ ਲੱਗਿਆ ਅਤੇ ਨਾ ਹੀ ਇਹ ਤਿੰਨ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਾਏ ਬਿਨਾਂ ਘਰ ਜਾਣਗੇ ਸਕਾਈ ਨਿਊਜ਼ ਪੰਜਾਬ ਵਾਸਤੇ ਸ਼ੁਭਕਾਮਨਾਵਾਂ ਦੇ ਨਾਲ ਕੈਮਰਾਮੈਨ ਅਮਨਦੀਪ ਸਿੰਘ